ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ। ਸੋ ਇਸ ਪ੍ਰਕਾਰ ਮਹਾਰਾਜ ਜੀ ਬਚਨ ਫਰਮਾਉਂਦੇ ਹਨ, ਜਿਨ੍ਹਾਂ ਨੇ ਰਸਨਾ ਦੇ ਨਾਲ ਗੁਣਾਂ ਦੇ ਨਿਧ ਭਾਵ ਖਜ਼ਾਨੇ ਜਾਂ ਗੁਣਾਂ ਦੇ ਨਿਧ ਸਮੁੰਦਰ ਗੋਪਾਲ ਅਕਾਲ ਪੁਰਖ ਦੇ ਜਸ ਨੂੰ ਗਾਉਣਾ ਕੀਤਾ ਨਾ, ਇਹ ਪਹਿਲੀ ਸਟੇਜ ਹੈ, ਰਸਨਾ ਦੇ ਨਾਲ ਗੁਣ ਗਾਉਣੇ ਆ। ਫਿਰ ਕੀ ਬਖਸ਼ਿਸ਼ ਹੁੰਦੀ? 714 ਅੰਗ 'ਤੇ ਫਰਮਾਉਂਦੇ ਨੇ, ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਓ। ਉਹਨਾਂ ਦੇ ਮਨ ਵਿੱਚ ਪਹਿਲਾਂ ਸਹਿਜੇ ਸ਼ਾਂਤੀ ਆਉਂਦੀ, ਸ਼ਾਂਤ ਮਨ ਬਾਣੀ ਪੜ੍ਹਨ ਨਾਲ ਸ਼ਾਂਤੀ ਆਉਂਦੀ। ਸੋ ਜਿਵੇਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਪਹਿਲਾਂ ਪਰਲੇ ਇਲਾਕਿਆਂ 'ਚ ਹੁੰਦੇ, ਝੰਗ ਦੇ ਇਲਾਕਿਆਂ 'ਚ, ਕਹਿੰਦੇ ਉੱਥੇ ਕਲਯੁੱਗ ਆ ਗਿਆ। ਕਲਯੁੱਗ ਹਰੇਕ ਬ੍ਰਹਮ ਗਿਆਨੀ ਕੋਲ ਆਉਂਦਾ ਹੀ ਆਉਂਦਾ, ਕੋਸ਼ਿਸ਼ ਤਾਂ ਕਰਦਾ ਹੀ ਆ ਵੀ ਨਾ ਲੱਗੇ ਇਸ ਪਾ। ਜਿਵੇਂ ਬਾਬਾ ਹਰਨਾਮ ਸਿੰਘ ਜੀ ਕੋਲ ਵੀ ਆਇਆ, ਸੋ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ, ਹੈ ਤਾਂ ਸਹੀ ਉਹ, ਪਰ ਗੁਪਤ ਰੂਹਾਂ ਹੁੰਦੀਆਂ ਨੇ ਨਾ, ਗੁਪਤ ਰੂਪ ਦੇ ਵਿੱਚ ਚੱਲਦਾ ਕੰਮ ਇਹ। ਆ ਕੇ ਕਹਿੰਦਾ ਤੁਸੀਂ ਆਓ, ਮੈਂ ਤੁਹਾਨੂੰ ਮੇਰੇ ਵਾਲੇ ਪਾਸੇ ਆ ਜਾਓ, ਆ ਛੱਡੋ ਪਰੇ ਕੀ ਮਾਲਾ ਫੜੀ ਇੱਥੇ ਜੰਗਲ 'ਚ ਭੁੱਖੇ ਮਰ ਦਿਓ, ਰੋਟੀ ਪਾਣੀ ਦਾ ਵੀ ਔਖਾ, ਬੜੇ ਬੜੇ ਮਹਿਲ ਦੇ ਦੂੰਗਾ ਮੈਂ ਤੁਹਾਨੂੰ, ਬੜੇ ਆਹ ਕੀਮਤੀ ਚੀਜ਼ਾਂ ਦੇ ਦੂੰਗਾ ਮੈਂ, ਆਹ ਕਰ ਦੂੰਗਾ ਉਹ ਕਰ ਦੂੰਗਾ। ਮਹਾਂਪੁਰਖ ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਜਾਂ ਪਰੇ ਜਾ, ਤੂੰ ਆਪਣਾ ਕੰਮ ਕਰ, ਸਾਨੂੰ ਆਪਣਾ ਕਰ ਦੇ। ਫਿਰ ਪਰੇ ਜੇ ਹੋ ਕਹਿੰਦਾ ਆਹ ਜਿਹੜਾ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ ਇਹਦੇ ਕਰਕੇ ਨਹੀਂ ਤੁਹਾਡੇ ਨੇੜੇ ਆ ਸਕਦਾ। ਕਹਿੰਦੇ ਚੱਲ ਚੰਗਾ ਹੋ ਗਿਆ, ਦੱਸਤਾ ਵੀ ਤੂੰ ਕਿਹੜੀ ਚੀਜ਼ ਤੋਂ ਡਰਦਾ। ਕਹਿੰਦੇ ਇੱਕ ਪਾਠ ਹੋਰ ਵੱਧ ਕਰੂੰਗਾ ਅੱਗੇ ਨਾਲ, ਉਹ ਸੁਖਮਨੀ ਸਾਹਿਬ ਦਾ, ਚੰਗਾ ਹੋ ਗਿਆ ਦੱਸਤਾ ਤੂੰ ਵੀ ਤੂੰ ਕਿਹੜੀ ਚੀਜ਼ ਤੋਂ ਡਰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਦੇ ਮਨ ਵਿੱਚ ਸ਼ਾਂਤੀ ਆਉਂਦੀ, ਸਹਿਜੇ ਹੀ ਸ਼ਾਂਤੀ ਸੁੱਖ ਦੀ ਪ੍ਰਾਪਤੀ। ਸੋ ਗਿਆਨ ਪੈਦਾ ਹੋ ਜਾਂਦਾ ਸਹਿਜ, ਫਿਰ ਰਹੱਸ ਹੁੰਦਾ, ਆਨੰਦ ਪੈਦਾ ਹੋਇਆ, ਮਨ ਉਪਜਿਓ ਮਨ ਦੇ 'ਚ ਪੈਦਾ ਹੋ ਗਏ, ਅਤੇ ਸਾਰੇ ਦੁੱਖ ਪਲਾਇਣ ਤੋਂ ਭਾਵ ਦੌੜ ਗਏ, ਖੜੇ ਹੀ ਨਹੀਂ ਉੱਥੇ ਵਿਸ਼ਰਾਮ ਦੇ ਕੇ। ਫਰਮਾਉਂਦੇ ਨੇ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ। ਜਿਨ੍ਹਾਂ ਨੇ ਰਸਾਇਣ ਰੂਪ ਹਰੀ ਦੇ ਚਰਨਾਂ ਨੂੰ ਸੇਵਿਆ, ਰਸ ਆਇਣ ਜੋ ਰਸਾਂ ਦਾ ਘਰ ਹੈ, ਉਹ ਜੋ ਜੋ ਪਦਾਰਥ ਮੰਗਦੇ ਨੇ ਉਹੀ ਉਹੀ ਪ੍ਰਾਪਤ ਕਰ ਲੈਂਦੇ ਨੇ। ਜਨਮ ਮਰਨ ਦੁਹੂ ਤੇ ਛੁੱਟ ਹੈ ਭਵਜਲ ਜਗਤ ਤਰਾਇਣ। ਉਹ ਜਨਮ ਮਰਨ ਰੂਪ ਦੋਹਾਂ ਦੁੱਖਾਂ ਤੋਂ ਛੁੱਟ ਗਏ ਨੇ ਅਤੇ ਸੰਸਾਰ ਸਮੁੰਦਰ ਤੋਂ ਆਪ ਤਰੇ ਨੇ ਅਤੇ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ ਨਾਲ। ਖੋਜਤ ਖੋਜਤ ਤਤ ਬੀਚਾਰਿਓ ਦਾਸ ਗੋਬਿੰਦ ਪਰਾਇਣ। ਦਾਸ ਨੇ ਖੋਜਦਿਆਂ ਖੋਜਦਿਆਂ ਇਹ ਤੱਤ ਸਿਧਾਂਤ ਵਿਚਾਰਿਆ ਕਿ ਗੋਬਿੰਦ ਦੇ ਪਰਾਇਣ ਆਸਰੇ ਰਹਿਣਾ ਚਾਹੀਦਾ। ਦਾਸ ਨੇ ਖੋਜਦਿਆਂ ਖੋਜਦਿਆਂ ਇਹ ਵਿਚਾਰਿਆ, ਇਸ ਗੱਲ ਦਾ ਤੱਤ ਕੱਢਿਆ, ਜਿਹੜੇ ਦਾਸ ਨੇ ਉਹ ਗੋਬਿੰਦ ਦੇ ਪਰਾਇਣ ਭਾਵ ਆਸਰੇ ਰਹਿੰਦੇ ਨੇ। ਕਹਿੰਦੇ ਤੁਸੀਂ ਵੀ ਦਾਸ ਬਣ ਕੇ ਗੋਬਿੰਦ ਦੇ ਆਸਰੇ ਹੋ ਜਾਓ। ਅਵਿਨਾਸ਼ੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਨੰਨੇ ਨੂੰ ਕੰਨਾ ਰਾਰੇ ਕੰਨਾ ਨਾਰਾਇਣ, ਦੇਖ ਲਿਓ ਕਿਤੇ ਨਾਰਾਇਣ ਹੀ ਨਾ ਬੋਲ ਲਿਓ, ਧਿਆਨ ਦੇਣਾ ਪਾਠ ਵੱਲ ਪਹਿਲਾਂ। ਮਹਾਰਾਜ ਕਥਨ ਕਰਦੇ ਇਹ ਭਾਈ ਜੀਵ, ਜੇ ਤੂੰ ਅਵਿਨਾਸ਼ੀ ਹੁੰਦਾ ਨਾਸ ਤੋਂ ਰਹਿਤ, ਖੇਮ ਹੁੰਦਾ ਸੁੱਖ, ਸੁੱਖ ਨੂੰ ਚਾਹੁੰਦਾ ਨਾ, ਜੇ ਤੂੰ ਅਵਿਨਾਸ਼ੀ ਵਾਹਿਗੁਰੂ ਦੀ ਪ੍ਰਾਪਤੀ ਨੂੰ ਅਤੇ ਖੇਮ ਹੁੰਦਾ ਰੱਖਿਆ ਨੂੰ ਚਾਹੁੰਦਾ ਕਿ ਮੇਰੀ ਹਰ ਵਕਤ ਰੱਖਿਆ ਹੋਵੇ, ਤਾਂ ਸਦਾ ਹੀ ਕਹਿੰਦੇ ਨਾਰਾਇਣ ਦਾ ਸਿਮਰਨ ਕਰਿਆ ਕਰ। ਨਾਰਾਇਣ 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 ਇਹ ਸ਼ਬਦ ਵੀ ਹੈ ਨਾ ਮਹਾਰਾਜ ਦਾ, 16 ਵਾਰੀ ਨਾਰਾਇਣ ਨਾਰਾਇਣ ਉਚਾਰਿਆ। ਸੋ ਇਸ ਪ੍ਰਕਾਰ ਨਾਮ ਨਿਰੰਜਨ ਨੀਰ ਨਾਰਾਇਣ ਅੱਗੇ ਚੱਲ ਕੇ ਆਵੇਗਾ।